ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੇਵ ਸਿੰਘ, ਮੇਰੀ ਪਤਨੀ ਜਸਬੀਰ ਕੌਰ, ਸਰਪੰਚ ਪਿੰਡ ਗਿੱਲਮੰਝ, ਜ਼ਿਲ੍ਹਾ ਤਹਿਸੀਲ ਗੁਰਦਾਸਪੁਰ ਦੇ ਰਹਿਣ ਵਾਲੇ ਹਾਂ ਅਤੇ ਅਸੀਂ ਆਪਣੇ ਪਿੰਡ ਦੇ ਅੱਖ ਦੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਪਿੰਡ ਦਾ ਸਰਪੰਚ ਚੁਣਿਆ ਹੈ। ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਸਾਡੇ ਪਿੰਡ ਦੀ ਸ਼ਮਸ਼ਾਨ ਘਾਟ ਅਤੇ ਮਸੀਹ ਭਾਈਚਾਰੇ ਦੀ ਸ਼ਮਸ਼ਾਨ ਘਾਟ ਜਿਹੜੀ ਹੈ ਬਹੁਤ ਮੰਦਾ ਹਾਲ ਹੈ ਉਹਦਾ। ਪਿੰਡ ਦੇ ਸਕੂਲ ਦਾ ਵੀ ਬੇਹੱਦ ਮੰਦਾ ਹਾਲ ਹੈ, ਕੋਈ ਇਮਾਰਤ ਨਹੀਂ ਚੱਜਦੀ, ਕੋਈ ਉੱਥੇ ਪੜ੍ਹਾਈ ਦਾ ਸਿਸਟਮ ਵਧੀਆ ਨਹੀਂ ਹੈਗਾ। ਸੋ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇੱਕ ਤਾਂ ਸਾਡਾ ਸਕੂਲ ਅਪਗ੍ਰੇਡ ਕੀਤਾ ਜਾਵੇ, 8ਵੀਂ ਤੱਕ ਸਕੂਲ ਆ, ਅੱਗੇ ਵੀ ਸਰਕਾਰ ਅੱਗੇ ਮੰਗ ਰੱਖੀ ਹੈ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਅਪਗ੍ਰੇਡ ਕਰਕੇ ਪ੍ਰਾਈਵੇਟ ਸਕੂਲਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਬੱਚੇ ਬਾਹਰ ਨਾ ਨਿਕਲ, ਸਾਡੇ ਪਿੰਡ ਦੇ ਵਿੱਚ ਹੀ ਪੜ੍ਹਾਈ ਕੀਤੀ ਜਾਵੇ, ਸਾਡਾ ਪਿੰਡ ਦਾ ਨਾਮ ਰੋਸ਼ਨ ਹੋਵੇ। ਅਤੇ ਸ਼ਮਸ਼ਾਨ ਘਾਟ ਦਾ ਤਾਂ ਬਿਲਕੁਲ ਹੀ ਮੰਦਾ ਹਾਲ ਆ ਉੱਥੇ, ਅਤੇ ਸਰਕਾਰ ਨੂੰ ਬੇਨਤੀ ਹੈ ਕਿ ਉਹਦੇ ਵਾਸਤੇ ਗ੍ਰਾਂਟਾਂ ਦੇ ਕੇ ਅਤੇ ਉਹਨੂੰ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਬਣਾਇਆ ਜਾਵੇ। ਬਾਕੀ ਪਾਣੀ ਦਾ ਨਿਕਾਸ ਵੀ ਏਡਾ ਵਧੀਆ ਨਹੀਂ ਹੈਗਾ, ਅਤੇ ਉਹਦੇ ਵਾਸਤੇ ਵੀ ਸਾਡਾ ਕੁਛ ਨਾ ਕੁਛ ਕੀਤਾ ਜਾਵੇ, ਕਿਉਂਕਿ ਪਾਣੀ ਅਸੀਂ ਚਾਹੁੰਦੇ ਹਾਂ ਕਿ ਅੰਡਰਗਰਾਊਂਡ ਪਾਣੀ ਜਿਹੜਾ ਸੀਵਰੇਜ ਬਾਹਰ ਕੱਢਿਆ ਜਾਵੇ। ਅਤੇ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ, ਇਸਾਈ ਭਾਈਚਾਰੇ ਦੀਆਂ ਗਲੀਆਂ ਦਾ ਮੰਦਾ ਹਾਲ ਹੈ, ਉਹਨਾਂ ਦੀਆਂ ਕੰਧਾਂ ਦੇ ਨਾਲੋਂ ਦੀ ਪਾਣੀ ਲੰਘਦਾ, ਕੱਚੇ ਮਕਾਨ ਨੇ ਵਿਚਾਰਿਆਂ ਦੇ ਡਿੱਗ ਪੈਂਦੇ ਆ, ਬੁਰਾ ਹਾਲ ਹੈ ਉਹਨਾਂ ਦਾ ਬਣ ਗਿਆ। ਇਸ ਕਰਕੇ ਸਾਨੂੰ ਅੰਡਰਗਰਾਊਂਡ ਪਾਣੀ ਸਾਡੇ ਪਿੰਡ ਦਾ ਕੀਤਾ ਜਾਵੇ। ਸੋ ਸਰਕਾਰ ਦਾ ਬਹੁਤ ਧੰਨਵਾਦੀ ਹੋਵਾਂਗੇ ਅਸੀਂ। ਬਾਕੀ ਜਿਹੜੀ ਸਰਕਾਰ ਨੇ ਪੈਨਸ਼ਨ 750 ਰੁਪਈਆ ਦੇ ਰਹੀ ਆ, ਸਰਕਾਰ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ 2500 ਰੁਪਈਆ ਪੈਨਸ਼ਨ ਦਊਂਗਾ। ਸੋ ਅਜੇ ਤੱਕ ਪੈਨਸ਼ਨ 2500 ਰੁਪਈਆ ਨਹੀਂ ਕੀਤੀ, 750 ਰੁਪਈਆ ਬਹੁਤ ਘੱਟ ਹੈ ਪੈਨਸ਼ਨ ਬੇਆਸਰਿਆਂ ਵਾਸਤੇ। ਅਤੇ ਕਿਰਪਾ ਕਰਕੇ ਸਰਕਾਰ ਨੂੰ ਬੇਨਤੀ ਹੈ ਸਾਡੀ ਕਿ ਪੈਨਸ਼ਨ ਜਿਹੜੀ ਉਹ 2500 ਰੁਪਈਆ ਕੀਤੀ ਜਾਵੇ। ਮੈਡੀਕਲ ਦਾ ਜਿਹੜਾ ਇਲਾਜ ਆ ਉਹ ਹਰੇਕ ਧਰਮ ਦਾ ਫ੍ਰੀ ਹੋਣਾ ਚਾਹੀਦਾ। ਇਹ ਸਰਕਾਰ ਵੱਲੋਂ ਸਾਡੀ ਪੁਰਜ਼ੋਰ ਮੰਗ ਆ ਕਿ ਇਲਾਜ ਜਿਹੜਾ ਇਹ ਫ੍ਰੀ ਹੋਣਾ ਚਾਹੀਦਾ ਵਾ ਸਾਡਾ, ਅਤੇ ਜਿਹੜੀ ਪੜ੍ਹਾਈ ਆ ਉਹ ਵੀ ਸਾਡੀ ਫ੍ਰੀ ਹੋਣੀ ਚਾਹੀਦੀ ਹੈ। ਕਿਸੇ ਵੀ ਜਾਤੀ ਦਾ ਬੰਦਾ ਹੋਵੇ, ਪੜ੍ਹਾਈ ਫ੍ਰੀ ਹੋਣੀ ਚਾਹੀਦੀ ਸਾਡੀ ਸਾਰਿਆਂ ਦੀ। ਇਹ ਸਰਕਾਰ ਤੋਂ ਸਾਡੀ ਪੁਰਜ਼ੋਰ ਮੰਗ ਆ। ਬਾਕੀ ਵਾਟਰ ਸਪਲਾਈ ਵਾਲੇ ਮਹਿਕਮੇ ਵਾਲੇ ਆਦਮੀ ਆਏ ਸੀਗੇ ਸਾਡੇ ਨਗਰ ਦੇ ਵਿੱਚ, ਔਰ ਮੈਨੂੰ ਨਾਲ ਲੈ ਕੇ ਘਰ ਘਰ ਉਹ ਗਏ ਆ, ਔਰ ਸਾਰਿਆਂ ਨੂੰ ਫ੍ਰੀ ਕਨੈਕਸ਼ਨ ਦੇਣ ਦੀ ਗੱਲ ਕਰਕੇ ਗਏ ਆ। ਔਰ ਸਰਕਾਰ ਦੇ ਬਹੁਤ ਧੰਨਵਾਦੀ ਹੈ ਕਿ ਸਾਫ਼ ਸੁਥਰਾ ਪਾਣੀ ਉਹ ਦੇਣਾ ਚਾਹੁੰਦੇ ਨੇ, ਹਰ ਘਰ ਨੂੰ ਪਹੁੰਚਾਉਣਾ ਚਾਹੁੰਦੇ ਨੇ, ਹਰ ਘਰ ਵਿੱਚ ਕਨੈਕਸ਼ਨ ਦੀ ਉਹ ਐਸਟੀਮੇਟ ਲਾ ਕੇ ਗਏ ਨੇ ਕਿ ਹਰ ਇੱਕ ਨੂੰ ਫ੍ਰੀ ਕਨੈਕਸ਼ਨ ਦੇਵਾਂਗੇ ਔਰ ਫ੍ਰੀ ਪਾਣੀ ਦੇਵਾਂਗੇ। ਬਹੁਤ ਬਹੁਤ ਧੰਨਵਾਦ ਹੈ ਸਰਕਾਰ ਦਾ। ਬਾਕੀ ਰਹਿ ਗਈ ਗੱਲ ਵਾਤਾਵਰਨ ਦੀ, ਸਾਡੇ ਵਾਤਾਵਰਨ ਦਾ ਜਿਹੜਾ ਬਹੁਤ ਪ੍ਰਦੂਸ਼ਣ ਆ ਉਹਨੂੰ ਆਪਾਂ ਖਤਮ ਕਰਨਾ ਚਾਹੁੰਦੇ ਹਾਂ, ਔਰ ਸਾਰਿਆਂ ਨੂੰ ਮੈਂ ਪੁਰਜ਼ੋਰ ਬੇਨਤੀ ਕਰਦਾ ਹੈ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਮਤਲਬ ਅੱਛਾ ਜੀਵਨ ਬਤੀਤ ਕਰ ਸਕੇ। ਸਾਡੇ ਕਾਦੀਆਂ ਹਲਕੇ ਦੇ ਵਿਧਾਇਕ ਫਤਿਹ ਜੰਗ ਸਿੰਘ ਜੀ ਬਾਜਵਾ ਬਹੁਤ ਮਿਹਨਤੀ ਔਰ ਇਮਾਨਦਾਰ ਲੀਡਰ ਨੇ ਸਾਡੇ, ਔਰ ਸਾਨੂੰ ਹਰ ਕੰਮ ਲਈ ਪ੍ਰੇਰਿਤ ਕਰ ਰਹੇ ਨੇ, ਘਰ ਘਰ ਜਾ ਕੇ ਸਾਨੂੰ ਪ੍ਰੇਰਿਤ ਕਰ ਰਹੇ ਨੇ, ਔਰ ਅਸੀਂ ਧੰਨਵਾਦੀ ਹਾਂ ਉਹਨਾਂ ਦੀ ਕਿ ਉਹ ਪਿੰਡ ਦੇ ਵਿਕਾਸ ਵਾਸਤੇ ਸਾਡੀ ਬਹੁਤ ਹਮਾਇਤ ਕਰ ਰਹੇ ਨੇ, ਅਤੇ ਬਹੁਤ ਧੰਨਵਾਦੀ ਹਾਂ ਅਸੀਂ ਉਹਨਾਂ ਦੇ ਅਤੇ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਗ੍ਰਾਂਟਾਂ ਦੇ ਕੇ ਅਤੇ ਪਿੰਡ ਦੇ ਵਿਕਾਸ ਨੂੰ ਜੀਆਂ ਦੇ ਤੋਰਿਆ। ਸਾਡੇ ਸ਼ਮਸ਼ਾਨ ਘਾਟ ਦੇ ਕੰਮ ਜਿਹੜੇ ਨੇ ਕਾਫੀ ਅਧੂਰੇ ਪਏ ਨੇ, ਅਤੇ ਇਹਦੇ ਵਿੱਚ ਸਾਡਾ ਇੱਕ ਤਾਂ ਇੰਟਰਲੋਕ ਗੇਟ ਦੀ ਬੜੀ ਘਾਟ ਹੈਗੀ ਹੈ, ਇੱਥੇ ਕੋਈ ਸ਼ੈੱਡ ਨਹੀਂ ਹੈਗਾ, ਕੋਈ ਇੱਥੇ ਟੋਇਲਟ ਨਹੀਂ ਹੈਗੀ ਕਿ ਆਣ ਕੇ ਇੱਥੇ ਕੋਈ ਬੈਠਣ ਉੱਠਣ ਵਾਸਤੇ ਬੜੀ ਮੁਸ਼ਕਲ ਹੈਗੀ, ਨਾ ਸ਼ੈੱਡ ਵਾ, ਛਿਟਕਣੀ ਦੀ ਬੜੀ ਪ੍ਰੋਬਲਮ ਆਉਂਦੀ ਹੈ, ਅਤੇ ਇੰਟਰਲੋਕ ਗੇਟ ਨਾ ਹੋਵੇ ਤਾਂ ਸਾਫ਼ ਸੁਥਰਾ ਬਣ ਜਾਵੇਗਾ। ਸੋ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇੰਟਰਲੋਕ ਗੇਟ ਲਵਾ ਕੇ ਦੇਣ, ਅਤੇ ਬਾਕੀ ਇੱਥੇ ਕੋਈ ਸ਼ੈੱਡ ਵਜਾਂ ਟੋਇਲਟ ਵਾਲੇ ਸਾਨੂੰ ਗ੍ਰਾਂਟ ਦੇਣ, ਜਿਹਦੀ ਕਿ ਸਾਡੀ ਸ਼ਮਸ਼ਾਨ ਘਾਟ ਮਤਲਬ ਸੁੰਦਰਤਾ ਜਿਹੜੀ ਉਹ ਮਤਲਬ ਸਾਨੂੰ ਚੰਗੀ ਲੱਗੇ, ਔਰ ਬਾਹਰੋਂ ਆਏ ਸੱਜਣ ਵੀ ਵੇਖਣਗੇ ਤਾਂ ਸਾਰੇ ਸਰਕਾਰ ਦੀਆਂ ਸਿਫਤਾਂ ਕਰਨਗੇ, ਅਤੇ ਜੇਕਰ ਸਾਡਾ ਇਹ ਏਮ ਛੇੜੇ ਚੜ੍ਹਦਾ ਤਾਂ ਸਰਕਾਰ ਦੇ ਬਹੁਤ ਧੰਨਵਾਦੀ ਹੋਵਾਂਗੇ, ਸਰਕਾਰ ਸਾਨੂੰ ਗ੍ਰਾਂਟ ਦੇਵੇ ਕਿ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਸ਼ੈੱਡ ਬਣਾਈਏ ਅਤੇ ਇੱਕ ਅਸੀਂ ਇਹਦੇ ਵਿੱਚ ਟੋਇਲਟ ਬਣਾਈਏ, ਅਤੇ ਸਰਕਾਰ ਦੀ ਬਹੁਤ ਮਿਹਰਬਾਨੀ ਹੈ। ਸਰ ਹਰਦੇਵ ਸਿੰਘ ਜੀ, ਤੁਸੀਂ ਇਹ ਸ਼ਮਸ਼ਾਨ ਘਾਟ ਵਿੱਚ ਕੀ ਯੋਗਦਾਨ ਪਾਇਆ? ਮੈਂ ਜੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਆਪਣੀ ਸਰਕਾਰ ਦੇ ਹੁੰਦਿਆਂ ਹੋਇਆ ਸਿਰਫ ਕੁਰਸੀਆਂ ਲਵਾ ਸਕਿਆ, ਔਰ ਉਸ ਤੋਂ ਬਾਅਦ ਜਿਹੜਾ ਹੁਣ ਕੰਮ ਹੈ ਅੱਗੇ ਨਵੀਂ ਸਿਰੇ ਸਰਕਾਰ ਸ਼ੁਰੂ ਕਰਵਾਵੇ ਤਾਂ ਉਹ ਕਰਾਂਗੇ ਅਸੀਂ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।